ਕਿ ਜਿਹਦੇ ਅੰਦਰ ਸੱਚਾ ਨਾਮ ਵਸ ਜਾਵੇ ਅਤੇ ਉਸ ਨੂੰ ਧੋਣ ਦੀ ਲੋੜ ਪੈਂਦੀ ਹੈ। ਸੱਚ ਸਦਾ ਹੀ ਨਿਰਭਰ ਹੁੰਦਾ। ਸਤਿਗੁਰੂ ਦਇਆ ਕਰਦੇ ਹਨ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਤੀਰਥ 'ਤੇ ਨਹਾਉਣ ਜਾਂਦੇ ਹਾਂ ਤਾਂ ਤੀਰਥ ਅਸਲ ਦੇ ਵਿੱਚ ਤੀਰਥ ਵਸਿਆ ਕਿਸੇ ਗੁਰਮੁਖ ਦੇ ਚਰਨ ਕਦਮ ਪੈਣ ਦੇ ਨਾਲ। ਸੋ ਕੀ ਹੈ ਤੀਰਥ? ਕੀ ਹੈ ਤੀਰਥ? ਨਾਮ ਕੀ ਹੈ? ਗੁਰਮੁਖ ਦੇ ਸਾਧੂ ਦੇ ਹਿਰਦੇ ਅੰਦਰ ਨਾਮ ਵਸਿਆ ਹੁੰਦਾ, ਨਾਮ ਦੀ ਮਹਿਮਾ ਕਰਕੇ ਤੀਰਥ ਵਸਿਆ। ਤੀਰਥ ਸ਼ਬਦ ਵਿਚਾਰ ਕਰ ਗਿਆ। ਜੇ ਤੀਰਥ ਦੇ ਸ਼ਬਦ ਦੀ ਵਿਚਾਰ ਕਰੀਏ ਤਾਂ ਤੀਰਥ ਸ਼ਬਦ ਦੇ ਅੰਦਰ ਹੀ ਗਿਆਨ ਵਸਿਆ ਹੋਇਆ, ਗਿਆਨ ਦੇ ਅੰਦਰ ਨਾਮ ਵਸਿਆ ਹੋਇਆ। ਗੁਰੂ ਦਾ ਗਿਆਨ ਹੀ ਸੱਚਾ ਥਾਨ ਹੁੰਦਾ ਹੈ, ਜਿੱਥੇ ਹੀ ਤੁਰ ਲੱਗਦੇ ਨੇ ਇਹੀ ਸਦਾ ਵੱਡਾ ਸਥਾਨ ਬਣਦਾ ਹੈ। ਆਹ ਹੱਟ ਨਾ ਹੱਟਦਾ ਸਦਾ ਜਗਤੇ ਹੱਟ ਧਰਤ ਕਰਾ ਕੇ ਧਰਨੀ ਨੂੰ ਧਾਰਨ ਕਰਨ ਵਾਲੇ ਵਾਹਿਗੁਰੂ, ਮੈਂ ਤੇਰੇ ਨਾਮ ਦੀ ਸਦਾ ਯਾਚਨਾ ਕਰਦਾ ਹਾਂ, ਇਹ ਮੈਨੂੰ ਨਾਮ ਦੀ ਬਖਸ਼ਿਸ਼ ਕਰ। ਸੰਸਾਰ ਨਾਮ ਤੋਂ ਬਿਨਾਂ ਰੋਗੀ ਹੈ, ਨਾਮ ਦਾਰੂ ਹੈ। ਨਾਮ ਤੋਂ ਬਿਨਾਂ ਮਨ ਨੂੰ ਮੈਲ ਲੱਗਦੀ, ਜਿਸਨੇ ਮੈਲ ਧੋਤੀ ਉਹ ਰੋਗਾਂ ਤੋਂ ਬਚ ਜਾਂਦਾ। ਗੁਰਵਾਕ ਨਿਰਮਲ ਸਦਾ ਜਗਤ ਨੇ ਸਾਧ ਤੀਰਥ ਮੰਜਣਾ। ਗੁਰੂ ਕਾ ਵਾਕ, ਗੁਰੂ ਕਾ ਵਚਨ ਨਿਰਮਲ ਹੈ, ਸਦਾ ਚਾਨਣ ਦੇਣ ਵਾਲਾ ਹੈ। ਨਿਤ ਹਰ ਰੋਜ਼ ਦਾ ਤੀਰਥ ਇਸ਼ਨਾਨ ਗੁਰੂ ਦੇ ਵਚਨ ਹੈ। ਜਿਹੜੇ ਗੁਰੂ ਦੇ ਵਚਨ ਨੂੰ ਸੁਣਦਾ ਹੈ, ਗੁਰੂ ਵਚਨ ਨੂੰ ਕਮਾਉਂਦਾ ਹੈ, ਉਹਦਾ ਰੋਜ਼ ਦਾ ਤੀਰਥ ਇਸ਼ਨਾਨ ਹੁੰਦਾ। ਸੋ ਸੱਚ ਨੂੰ ਕਦੇ ਮੈਲ ਨਹੀਂ ਲੱਗਦੀ, ਉਹਨੂੰ ਧੋਣਾ ਹੀ ਪੈਂਦਾ। ਗੁਣ ਜਿਹੜਾ ਗੁਣਾਂ ਦਾ ਹਾਰ ਆਪਣੇ ਹਿਰਦੇ ਅੰਦਰ ਪਰੋ ਲੈਂਦਾ, ਉਹਨੂੰ ਜ਼ਿੰਦਗੀ ਵਿੱਚ ਰੋਣਾ ਨਹੀਂ ਚਾਹੀਦਾ। ਵਿਚਾਰ ਦੇ ਨਾਲ ਅਗਣਾਂ ਨੂੰ ਮਾਰੀਦਾ, ਅਤੇ ਜਦੋਂ ਅਗਣ ਖਤਮ ਹੋ ਜਾਣ ਫਿਰ ਮੁੜ ਕੇ ਜੂਨਾਂ ਦੇ ਵਿੱਚ ਮਨੁੱਖ ਪਾਉਂਦਾ ਨਹੀਂ। ਸੋ ਆਪ ਵਾਹਿਗੁਰੂ ਹੈ, ਉਹ ਸਾਰਾ ਹੀ ਧਿਆਨ, ਸਾਰਾ ਹੀ ਗਿਆਨ, ਸਾਰਾ ਹੀ ਗਿਆਨ ਉਸ ਵਾਹਿਗੁਰੂ ਦੇ ਅੰਦਰ। ਜੋ ਇਸਨੂੰ ਵਾਹਿਗੁਰੂ ਨੂੰ ਅੰਦਰ ਵਸਾਉਂਦਾ ਹਿਰਦੇ ਅੰਦਰ, ਉਹਦੇ ਦੁੱਖ ਅਤੇ ਕਿਰਤ ਕਮਾਏ ਹੋਏ ਪਾਪ ਸਾਰੇ ਗੁਰੂ ਕੋਲ ਜਾਂਦੇ। ਜਦੋਂ ਗੁਰੂ ਨਾਮ ਦਾ ਦਾਨ ਬਖਸ਼ ਦਿੰਦਾ ਹੈ, ਸੱਚੇ ਨਾਮ ਨੂੰ ਮਨ ਦੇ ਵਿੱਚ ਵਸਾਉਣ ਕਰਕੇ ਮੈਲ ਲੱਗਦੀ ਨਹੀਂ। ਅਤੇ ਸੰਗਤ ਹੈ ਜਿਹੜੀ ਇਸ ਦੇ ਵਿੱਚ ਮਿਲਾਪ ਹੋਣ ਨਾਲ ਪੂਰਾ ਨਾਮ ਸਤ ਸੰਗਤ ਦੇ ਵਿੱਚ ਹੈ, ਜਿੱਥੇ ਗੁਰੂ ਦਾ ਪ੍ਰਕਾਸ਼ ਹੈ, ਗੁਰੂ ਦੀ ਬਾਣੀ ਦਾ ਜਾਪ ਹੁੰਦਾ, ਕੀਰਤਨ ਹੁੰਦਾ ਹੈ। ਸਤ ਸੰਗਤ ਵਿੱਚ ਆ ਕੇ ਜਿਹੜਾ ਸੱਚੇ ਦਿਲ ਦੇ ਨਾਲ ਹੰਕਾਰ ਤਿਆਗ ਕੇ ਬੈਠਦਾ ਹੈ, ਉਹਦਾ ਪੂਰਾ ਨਾਮ ਹੁੰਦਾ ਜੇ ਕੰਮ ਉੱਥੇ ਸੁਣਦਾ ਹੈ। ਸੋ ਉਸ ਗਾਵਣਹਾਰ ਵਾਹਿਗੁਰੂ ਦੇ ਸ਼ਬਦ ਨੂੰ ਗਾਵੀਏ, ਇਹੀ ਸੁਹਾਵਣਾ ਸਮਾਂ ਹੈ ਜ਼ਿੰਦਗੀ ਦੇ ਵਿੱਚ। ਉਸ ਵਾਹਿਗੁਰੂ ਦੀ ਸਿੱਖ ਸਲਾਹ ਕਰੀਏ, ਇਹੀ ਪੁੰਨ ਹੈ, ਇਹੀ ਦਾਨ ਹੈ, ਇਹੀ ਮਤ ਹੈ ਗੁਰੂ ਦਾ। ਜਿਹੜਾ ਗੁਰੂ ਦੇ ਨਾਲ ਜੁੜ ਕੇ ਇਸ਼ਨਾਨ ਕਰਦਾ, ਉਹ ਭਾ ਜਾਂਦਾ ਸਤਿਗੁਰੂ ਨੂੰ, ਸਹਿਜ ਦੇ ਵਿੱਚ ਪਾਉਂਦਾ। ਇਹੀ ਤਿੰਨਾਂ ਦਰਿਆਵਾਂ ਦਾ ਸੰਗਮ ਹੈ। ਵਾਹਿਗੁਰੂ ਨੂੰ ਸਦਾ ਆਰਾਧ ਅਤੇ ਨਿਤ ਆਰਾਧਨ ਦੇ ਨਾਲ, ਨਿਤ ਧਿਆਨ ਧਰਨ ਦੇ ਨਾਲ ਦਿਨ ਦਿਨ ਸਵਾਇਆ ਵਾਧਾ ਹੈ, ਵਾਧਾ ਹੁੰਦਾ ਗੁਰੂ ਦਾ ਜਿਹੜਾ ਧਿਆਨ ਧਰਦਾ ਹੈ। ਅਤੇ ਮਨੁੱਖ ਦੀ ਜਿਹੜੀ ਅਵਸਥਾ, ਉੱਚੀ ਅਵਸਥਾ ਮਨ ਦੀ, ਮਨ ਦੀ ਗੱਤ ਜਿਹਨੂੰ ਕਹਿੰਦੇ ਹਨ, ਉਹ ਸਤਸੰਗਤ ਵਿੱਚ ਆਉਣ ਨਾਲ ਹੁੰਦੀ ਹੈ। ਵਾਹਿਗੁਰੂ ਦੇ ਦਰਬਾਰ ਵਿੱਚ ਆਉਣ ਨਾਲ, ਗੁਰੂ ਦੇ ਦਰਬਾਰ ਵਿੱਚ ਆਉਣ ਨਾਲ ਜਗਤ ਦਾ ਪਾਤਰ ਬਣਦਾ ਹੈ, ਖੁਸ਼ੀਆਂ ਦਾ ਦਾਨ ਪ੍ਰਾਪਤ ਹੁੰਦਾ ਹੈ। ਬਾਕੀ ਸਾਰੀ ਦੁਨੀਆ ਸਤਿਗੁਰੂ ਜੀ ਦਇਆ ਕਰਦੇ ਨੇ, ਕਹਿਣ ਕਰਿਆ ਸਭ ਕੋਈ ਕੇਵਲ ਆਪਣੀ, ਸਾਰਾ ਸੰਸਾਰ ਕਹਿੰਦਾ ਵਾਹਿਗੁਰੂ ਨੂੰ ਵੱਡਾ ਹੈ, ਪਰ ਵਡਿਆਈ ਦਾ ਪਤਾ ਉਸ ਨੂੰ ਲੱਗਦਾ ਜਿਹੜਾ ਉਹਦੇ ਦਰਸ਼ਨ ਕਰਦਾ। ਸੋ ਹੋਰ ਦੁਨੀ ਪਰਿਣਾਮ ਸਮਝਣ ਕਰਦੀ ਹੈ। ਹੰਕਾਰ ਕਰਦੇ ਮਨੁੱਖ ਮੂਰਤਾ ਵਾਲੇ ਕੰਮ ਕਰ ਜਾਂਦਾ ਹੈ, ਨੀਚ ਕੰਮ ਕਰ ਜਾਂਦਾ ਹੈ, ਅਗਿਆਨ ਬਣ ਜਾਂਦਾ ਹੈ। ਗੁਰੂ ਦੀ ਸਿੱਖਿਆ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਸਮਝ ਪ੍ਰਾਪਤ ਹੁੰਦੀ। ਗੁਰੂ ਕੀ ਸਾਚੀ ਸਿੱਖਿਆ ਸੱਚੀ ਹੁੰਦੀ ਹੈ, ਅੰਮ੍ਰਿਤ ਮਈ ਬਾਣੀ ਭਾਰਤੀ ਭਾਸ਼ਾ ਦੀ ਕੀਤੀ ਹੈ, ਉਚਾਰਨ ਕੀਤੀ ਹੁੰਦੀ ਹੈ ਸਤਿਗੁਰੂ ਨੇ, ਇਸ ਬਾਣੀ ਨੂੰ ਸੁਣ ਕੇ ਮਨੁੱਖ ਦਾ ਮਨ ਬਣ ਜਾਂਦਾ ਹੈ। ਸੰਸਾਰ ਦੇ ਲੋਕਾਂ ਕੂਚ ਕਰ ਹੈ, ਆਉਂਦੇ ਹਨ ਸੰਸਾਰ ਦੇ ਵਿੱਚੋਂ ਚਲੇ ਜਾਂਦੇ, ਆਵੈ ਬਿਦਲਾ ਦੇ ਪਾਪਾਂ ਨਾਲ ਭਾਈ ਬੱਚੇ ਆ ਜਾਂਦੇ, ਫਿਰ ਚਲੇ ਜਾਂਦੇ। ਇਹ ਆਉਣਾ ਜਾਣਾ ਸੰਸਾਰ ਦਾ ਰਹਿੰਦਾ ਹੈ, ਸ਼ਬਦ ਸੱਚਾ ਹੁੰਦਾ। ਪਰ ਮੇਰਾ ਗੁਰੂ ਹੈ ਜਿਹੜਾ, ਉਹ ਸ਼ਬਦ ਉਹਦੇ ਹਿਰਦੇ ਅੰਦਰ ਸੱਚ ਵਸਿਆ ਹੁੰਦਾ ਹੈ। ਮੇਰਾ ਗੁਰੂ ਇਹੋ ਜਿਹਾ ਜਿਹੜਾ ਪਾਪਾਂ ਤੋਂ ਮੁਕਤ, ਜਨਮ ਮਰਨ ਤੋਂ ਮੁਕਤ ਹੈ। ਆਖਰ ਤੌਰ ਨੂੰ ਭਗਤ ਪੜ੍ਹਾਵੀ ਭਾਸ਼ੋ ਰਿਹਾ ਸੋਈ, ਗੁਰੂ ਦੇ ਦਰਬਾਰ ਵਿੱਚ ਭਗਤੀ ਦਾ ਘਾਟਾ ਨਹੀਂ, ਨਾਮ ਦਾ ਘਾਟਾ ਨਹੀਂ, ਸੁੱਖਾਂ ਦਾ ਘਾਟਾ ਨਹੀਂ, ਉਹਦਾ ਭੰਡਾਰ ਸਦਾ ਭਰਿਆ ਹੋਇਆ, ਸਦਾ ਭਰਪੂਰ ਹੈ। ਗੁਰੂ ਨਾਨਕ ਸਾਹਿਬ ਚੜ੍ਹਿਆ ਬੇਨਤੀ ਮਨ ਮਨ ਸੋਈ। ਸੋ ਸਤਿਗੁਰੂ ਜੀ ਦਇਆ ਕਰਦੇ ਨੇ, ਮੈਂ ਬੇਨਤੀ ਕਰਕੇ ਭਾਈ ਇਹ ਵਚਨ ਕਹਿੰਦਾ ਹਾਂ ਕਿ ਜਿਹੜਾ ਆਪਣੇ ਮਨ ਨੂੰ ਮਾਂਜ ਲਵੇ, ਮਨ ਨੂੰ ਆਪਣੇ ਨੂੰ ਲਿਸ਼ਕਾਰ ਲਵੇ, ਮਨ ਨੂੰ ਸਾਫ਼ ਕਰ ਲਵੇ, ਉਹਦੇ ਹਿਰਦੇ ਅੰਦਰ ਸੱਚਾ ਵਾਹਿਗੁਰੂ।